ਓਹੋ, ਇਹਨੂੰ ਕੀ ਹੋ ਗਿਆ? ਇੱਕੇ ਵਾਰੀ ਭੱਜ ਪਿਆ, ਪਿੱਛੇ ਬੰਦੇ ਵੀ ਕਾਫੀ ਸਾਰੇ ਖੜੇ ਨੇ। ਅੱਛਾ ਬਿਸ਼ਾਰਤ ਭਾਈ, ਬਿਲਕੁਲ ਆਪਕੀ ਬੜੀ ਅੱਛੀ ਆਬਜ਼ਰਵੇਸ਼ਨ ਹੈ। ਇਹ ਕੀ ਕਰਦੇ ਪਏ ਹੈਗੇ ਨੇ ਜੀ? ਮੈਨੂੰ ਲੱਗਦਾ ਕਬੂਤਰ ਨੂੰ ਪਾਣੀ ਦੇ ਰਹੇ ਨੇ ਤਾਂ ਕਿ ਇਹਨੂੰ ਹੁਣ ਉਡਾਣਾ ਹੈ ਨਾ ਉਹਨਾਂ ਨੇ। ਕੀ ਏਕੜ ਪੈਦਾਵਾਰ ਜਿਹੜੀ ਹੈ ਜ਼ਿਮੀਦਾਰ ਦੀ, ਉਹ ਜ਼ਿਆਦਾ ਵੱਧ ਜਾਂਦੀ ਹੈ। ਇਹ ਜੀ ਪਾਇਨੀਅਰ ਹਾਈਬ੍ਰਿਡ ਦਾ ਲੋਗੋ ਹੈ, ਮਾਸ਼ਾਅੱਲਾ ਛਲੀ ਨਾਲ ਬਹੁਤ ਖੂਬਸੂਰਤ ਬਣਾਇਆ। ਇਹ ਜੀ ਜਿਸ ਜਗ੍ਹਾ ਤੇ ਅਸੀਂ ਜਾਣਾ ਸੀ, ਜਿਹੜੇ ਪਿੰਡ, ਉੱਥੇ ਗਏ ਪਹੁੰਚ। ਇੱਕ ਮਿੰਟ ਯਾਰ, ਅਸਲਾਮ ਵਾਲੇਕੁਮ ਗਾਈਜ਼, ਵੈਲਕਮ ਬੈਕ। ਇੱਕ ਨਵੇਂ ਤੇ ਬਿਹਤਰੀਨ ਵਲੌਗ ਦੇ ਨਾਲ ਹੋ ਗਿਆ ਜੀ ਹਾਜ਼ਰ। ਉਮੀਦ ਕਰਦੇ ਹਾਂ ਸਾਰੇ ਦੋਸਤ ਠੀਕ ਹੋਣਗੇ, ਅੱਲਾਹ ਤਾਲਾ ਹਮੇਸ਼ਾ ਉਹਨਾਂ ਨੂੰ ਠੀਕ ਰੱਖੇ, ਤੇ ਜਿਹੜੇ ਦੋਸਤ ਸਾਡੇ ਨਾਲ ਮੁਹੱਬਤ ਕਰਦੇ ਨੇ ਉਹਨਾਂ ਦਾ ਬੇਹੱਦ ਸ਼ੁਕਰੀਆ। ਕਮੈਂਟ ਦੇ ਵਿੱਚ ਹੋਰ ਮੁਹੱਬਤਾਂ ਸਾਨੂੰ ਦੇਣ। ਅੱਜ ਦਾ ਵਲੌਗ ਬੜਾ ਪਿਆਰਾ ਹੋਣਾ, ਬੜਾ ਹੀ ਬਿਹਤਰੀਨ ਹੋਣਾ। ਪਹਿਲੇ ਤਾਂ ਅਸੀਂ ਬੜੀ ਖੂਬਸੂਰਤ ਜਗ੍ਹਾ ਤੇ ਖੜੇ ਹਾਂ, ਬੈਕਗਰਾਉਂਡ ਬੜਾ VIP ਆ ਰਿਹਾ, ਤੇ ਸਾਰੀ ਵੀਡੀਓ ਵੇਖ ਲਈ। ਜਿਸ ਜਗ੍ਹਾ ਤੇ ਜਾਣਾ ਹੈ ਕੈਮਰਾ ਜਿਹੜਾ ਤੁਹਾਨੂੰ ਵਿਖਾਏਗਾ ਉੱਥੇ ਸਭ ਕੁਝ, ਤੇ ਜਿਹੜੇ ਦੋਸਤ ਸਾਡੇ ਨਾਲ ਮੁਹੱਬਤ ਕਰਦੇ ਨੇ ਜੀ, ਉਹਨਾਂ ਦੇ ਨਾਮ ਨੇ, ਉਹਨਾਂ ਦੀ ਮਿਹਰਬਾਨੀ, ਉਹ ਮੁਹੱਬਤ ਜਿਹੜੀ ਇੰਨੀ ਸਾਨੂੰ ਦਿੰਦੇ ਨੇ। ਲਵ ਨੂਰ ਧਾਲੀਵਾਲ ਸਾਹਿਬ ਫਰੋਮ ਇੰਡੀਆ ਤੋਂ, ਸੁੰਦਰਪੁਰਾ ਉਹਨਾਂ ਦਾ ਪਿੰਡ ਹੈ ਜੀ ਰਾਜਸਥਾਨ, ਤੇ ਨਾਲ ਸਾਡੇ ਮੁਹੰਮਦ ਅਨਵਰ ਕਾਲੂ ਸਾਹਿਬ, ਉਹ ਵੀ ਸਾਨੂੰ ਬੜੀ ਮੁਹੱਬਤ ਕਰਦੇ ਨੇ। ਬਲਜੀਤ ਸਿੰਘ ਸਾਹਿਬ, ਬਹੁਤ ਸ਼ੁਕਰੀਆ ਬਲਜੀਤ ਵੀਰ, ਤੁਸੀਂ ਸਾਨੂੰ ਕਮੈਂਟ ਕਰਦੇ, ਮੁਹੱਬਤ ਕਰਦੇ। ਤੇ ਅੱਗੇ ਆ ਜਾਣਾ ਸ਼ਿਵਰਾਜ ਸਿੰਘ ਬਰਾਰ, ਪਿੰਡ 11 ਜੀ ਛੋਟੀ ਸ੍ਰੀ ਗੰਗਾਨਗਰ ਰਾਜਸਥਾਨ ਤੋਂ। ਮਿਹਰਬਾਨੀ ਜਨਾਬ ਤੁਹਾਡੀ ਵੀ, ਤੁਸੀਂ ਮੁਹੱਬਤ ਦਿੱਤੀ ਸਾਨੂੰ। ਅੱਗੇ ਆ ਗਿਆ ਜੀ ਰਾਮਾ ਸਿੰਘ ਸੱਧੂ, ਮਿਹਰਬਾਨੀ ਜਨਾਬ ਤੁਹਾਡੀ ਵੀ, ਮੁਹੱਬਤ ਦੇ ਤੁਹਾਡੀ ਸੁੰਦਰਪੁਰੇ ਪਿੰਡ ਤੋਂ ਨੇ। ਨਾਲ ਇਹਨਾਂ ਦੇ ਸਹਾਜ ਦੀਪ ਸਿੰਘ, ਇਹਨਾਂ ਦਾ ਵੀ ਬਹੁਤ ਸ਼ੁਕਰੀਆ। ਡਾਕਟਰ ਬਹਾਦਰ ਸਿੰਘ, ਤੁਹਾਡਾ ਵੀ ਬਹੁਤ ਸ਼ੁਕਰੀਆ ਮੁਹੱਬਤ ਦੇਣ ਦਾ। ਬਲਜੀਤ ਸਿੰਘ ਪੱਤਰਖੰਡ ਤੋਂ, ਇੰਡੀਆ ਤੋਂ, ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਸਾਨੂੰ ਕਹਿ ਰਹੇ ਨੇ, ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ। ਸ਼ਿਵਰਾਜ ਬਰਾਰ, ਇਹ ਪਿੰਡ ਗੰਗਾ ਜਲ ਕਹਿੰਦੇ ਨੇ, ਸਾਨੂੰ ਦਿਖਾਓ, ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ। ਥੋੜ੍ਹਾ ਜਿਹਾ ਸਫ਼ਰ ਜ਼ਿਆਦਾ ਉੱਧਰ ਦਾ ਸਾਡਾ ਟੂਰ ਲੱਗਦਾ, ਤੇ ਇਨਸ਼ਾਅੱਲਾ ਜ਼ਰੂਰ ਤੁਹਾਨੂੰ ਉਹ ਵੀ ਸੁਣਾਵਾਂਗੇ। ਸੁਨੀਲ ਕੁਮਾਰ ਸਾਹਿਬ ਗੰਗਾ ਨਗਰ ਸਿੰਘ ਸੁੰਦਰਪੁਰੇ ਤੋਂ, ਮਿਹਰਬਾਨੀ ਜੀ ਜਨਾਬ ਦੀ। ਅੰਗਰੇਜ਼ ਸਿੰਘ ਸਾਹਿਬ, ਤੁਹਾਡੀ ਕੱਲ੍ਹ ਵੀਡੀਓ ਅਸੀਂ ਲਾ ਦਿੱਤੀ 16 SP ਦੀ, ਜਾਓ ਵੇਖੋ, ਬੜੀ VIP ਵੀਡੀਓ ਬਣੀ ਹੈ, ਤੁਹਾਡਾ ਰੂਹ ਰਾਜ਼ੀ ਹੋ ਜਾਏਗਾ ਜੀ। ਜਿਹੜੀ ਉਹ ਵੀਡੀਓ ਹੈ, ਕਮਾਲਾਂ ਦੀ ਵੀਡੀਓ ਹੈ, ਬੜੀ ਮਿਹਨਤ ਕੀਤੀ ਹੈ ਕਾਰੀ ਸਾਜਦ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਅਤੇ ਨਜ਼ਾਕਤ ਸਾਹਿਬ ਫਰੋਮ UK ਤੋਂ, ਜਿਹੜੀਆਂ ਸਾਡੇ ਵੀਡੀਓ ਵੇਖਦੇ ਨੇ, ਭਾਈ ਨਜ਼ਾਕਤ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਇੰਨੀ ਦੂਰੋਂ ਬਹਿ ਕੇ ਜਿਹੜੀ ਇੰਨੀ ਮੁਹੱਬਤ ਦਿੰਦੇ ਹੋ। ਅਤੇ ਇਹ ਨਾਂ ਸੀ ਜੀ, ਆਓ ਅੱਗੇ ਹੁਣ ਆਪਾਂ ਚੱਲੇ ਹਾਂ, ਇਜ਼ਹਾਰ ਕਰਿਆ ਮਗਰ ਬੈਕਗਰਾਉਂਡ ਵੇਖੋ ਕਿੰਨਾ ਖੂਬਸੂਰਤ ਅਤੇ ਸੋਹਣਾ ਆ ਰਿਹਾ ਜੀ। ਚਲੋ ਜੀ, ਇਸ ਮੁੰਡੇ ਨੇ ਕੈਮਰਾ ਫੜ ਕੇ ਜਿਹੜਾ ਸਾਡਾ ਵਲੌਗ ਬਣਾਇਆ, ਇੱਥੇ ਮੱਛੀਆਂ ਕੀ ਕਰਦਾ ਪਿਆ ਸੀ? ਮੱਛੀਆਂ ਫੜ ਰਿਹਾ ਸੀ, ਠੀਕ ਹੈ, ਦਿੱਲੂ ਵਾਲੇ ਬੰਗਲੇ ਤੇ, ਸਾਡੇ ਹੱਥੀ ਆ ਗਿਆ, ਮੈਂ ਕਿਹਾ ਇੱਧਰ ਆ ਸਾਡੀ ਵੀਡੀਓ ਬਣਾ, ਤੇ ਫਿਰ ਮੱਛੀਆਂ ਫੜੀ। ਇਹਦੀ ਵੀ ਮਿਹਰਬਾਨੀ ਹੈ, ਸ਼ੁਕਰੀਆ ਇਹਦਾ। ਤੇ ਗਡੋਏ ਗਡੋਏ ਲੈ ਆਇਆ, ਵੇਖੋ ਕੀ ਕੀਤਾ ਜੀ ਗਡੋਏ, ਇੱਧਰ ਆ ਫੜ ਕੁੰਡੀ, ਕਿੱਥੇ ਕੋਈ ਫੜੀ ਵੀ ਕਿ ਨਹੀਂ ਯਾਰ? ਫੜ ਨਹੀਂ ਸੀ, ਹੱਦ ਹੋ ਗਈ ਤੇਰੇ ਵਾਲੀ, ਕੁੰਡੀ ਘਰੇ ਤਾਂ ਨਹੀਂ ਛੱਡਿਆ ਜੇ? ਹਾਂ, ਕੈਮਰੇ ਤੋਂ ਕਿੰਨਾ ਡਰਦਾ ਉਹ ਪਰਲਾ, ਉੱਧਰ ਵੇਖ ਕਿੱਦਾਂ ਡਰ, ਕੀ ਆਦ ਹੈ। ਅੱਜ ਸਭ ਤੋਂ ਪਹਿਲੇ ਤੇ ਹੈਗੀ ਸੀ ਜੀ ਸਾਡੇ ਪਿੰਡ ਦੇ ਵਿੱਚ ਕਬੂਤਰਾਂ ਦੀ ਬਾਜ਼ੀ, ਤੇ ਇਹ ਚੈੱਕ ਕਰ ਲਓ, ਕਬੂਤਰਾਂ ਆਪਣਿਆਂ ਨੂੰ ਗੋਲੀਆਂ ਛੋਲੀਆਂ ਦੇ ਕੇ ਪਾਣੀ ਛਣੀ ਪਿਆ ਕੇ ਤਿਆਰ ਕਰ ਰਹੇ ਨੇ। ਤੇ ਅੱਜ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਕਬੂਤਰ ਉੱਡੇ ਨੇ ਔਰ ਕਿਹੜਾ ਕਬੂਤਰ ਜਿੱਤਿਆ ਤੇ ਕੀ ਇਹਨਾਂ ਦਾ ਹਿਸਾਬ ਕਿਤਾਬ। ਦੋ ਕਬੂਤਰ ਹੈ ਵੇਖੋ ਜੀ, ਛੱਡ ਦਿੱਤੇ ਨੇ, ਬਾਕੀ ਇੱਧਰ ਇੱਕ ਪਾਰਟੀ ਖੜੀ ਹੈ
ਇਹਨਾਂ ਨੇ ਤੀਸਰਾ ਕਬੂਤਰ ਵੀ ਆਪਣਾ ਉਡਾ ਦਿੱਤਾ ਗਿਆ। ਦੂਸਰੀ ਸਾਈਡ ਤੇ ਜਿਹੜਾ ਚੌਥੇ ਕਬੂਤਰ ਨੂੰ ਕਰ ਰਹੇ ਨੇ ਤਿਆਰ ਜੀ, ਪਾਣੀ ਛਾਣੀ ਦੇ ਕੇ ਗੋਲੀ ਛੋਲੀ ਖਵਾ ਕੇ ਇਹਨੂੰ ਪਹਿਲੇ ਤੇ ਕੋਈ 5 ਮਿੰਟ ਮੈਨੂੰ ਲੱਗਦਾ ਕਿ ਇੱਥੇ ਛੱਡਣਗੇ ਰੈਸਟ ਕਰਾ ਕੇ, ਇਸ ਤੋਂ ਬਾਅਦ ਇਹਨੂੰ ਉਡਾਣਾ ਉਹਨਾਂ ਨੇ। ਇਹਨਾਂ ਦੀ ਮੁਖਾਲਫ ਸਿਮਤ ਤੇ ਖੜੀ ਹੋਈ ਹੈ ਜੀ ਇਹ ਦੂਸਰੀ ਪਾਰਟੀ, ਉਹ ਵੇਖ ਰਹੇ ਨੇ ਵੀ ਕੀ ਦਮ ਦਰੂਦ ਆਪਣੇ ਕਬੂਤਰਾਂ ਨੂੰ ਕਰ ਰਹੇ ਨੇ, ਉਹ ਅਸੀਂ ਵੀ ਕਰ ਦਈਏ। ਲਓ ਜੀ ਦੂਸਰੀ ਪਾਰਟੀ ਕੋਲ ਪਹੁੰਚੇ ਹਾਂ, ਉਹਨਾਂ ਨੇ ਵੀ ਤਿਆਰ ਸ਼ਿਆਰ ਕਰਕੇ ਠੰਡੇ ਠੁੰਡੇ ਕਰਕੇ ਤੇ ਉਹ ਵੀ ਹੁਣ ਲੱਗੇ ਨੇ ਉਡਾਣ। 2000 ਫੀ ਕਬੂਤਰ ਜਿਹੜਾ ਉਹਨਾਂ ਨੇ ਜੀ ਜਮ੍ਹਾਂ ਕਰਾਇਆ, 11 ਕਬੂਤਰ ਉੱਡਣੇ ਨੇ। ਜਿਹੜਾ ਐਂਡ ਤੇ ਕਬੂਤਰ ਰਹਿ ਗਿਆ ਉਹਨੂੰ 22,000 ਰੁਪਈਆ ਮਿਲ ਜਾਏਗਾ। ਫਿਰ ਉਸ ਤੋਂ ਇਲਾਵਾ ਜਿਹੜੀ ਲੋਕਾਂ ਨੇ ਵਿੱਚ ਆਪਸ ਮੇਂ ਹੀ ਕਈਆਂ ਨੇ ਕਿ ਕਬੂਤਰ ਦੇ ਕਿਸੇ ਨੇ 5,000 ਦੀ ਲਾਈ ਹੋਈ ਹੈ ਕਿ ਇਹ ਕਬੂਤਰ ਪਹਿਲੇ ਬਹਿ ਗਿਆ ਤੇ 5 ਮੈਂ ਹਰ ਜਾਵਾਂਗਾ ਤੈਨੂੰ ਦੇ ਦੇਵਾਂਗਾ। ਲਓ ਜੀ ਇਧਰਲੀ ਪਾਰਟੀ ਦੇ ਕਬੂਤਰ ਤਿਆਰ ਹੋ ਗਏ, ਨੌਜਵਾਨ ਜਾਂਦੇ ਪਏ ਨੇ ਉਡਾਣ ਚੌਕ ਦੇ ਵਿੱਚ ਜੀ। ਇਹ ਮੇਰੇ ਹੀ ਪਿੰਡ ਦੇ ਵਿੱਚ ਬਾਜ਼ੀ ਲਓ ਜੀ ਛੱਡ ਦਿੱਤੇ ਨੇ ਤੇ ਬਾਕੀ ਜਿਹੜਾ ਹੁਣ ਤੁਹਾਨੂੰ ਇਸ ਤੋਂ ਬਾਅਦ ਆਪਾਂ ਜੀ ਇੱਕ ਜਾਣਾ ਸੀ ਸੈਮੀਨਾਰ ਦੇ ਵਿੱਚ। ਸੈਮੀਨਾਰ ਜਿਹੜਾ 53 SP ਪਿੰਡ ਦਾ ਨਾਂ ਹੈ, ਉੱਥੇ ਪਾਇਨੀਅਰ ਕੋਰਟੀਵਾ ਹਾਈਬ੍ਰਿਡ ਬੀਜ ਦੀ ਕੰਪਨੀ ਹੈ, ਉੱਥੇ ਅਸੀਂ ਗਏ ਹਾਂ ਜੀ। ਪਹੁੰਚ ਇਹ ਵੇਖੋ ਬੜਾ VIP ਨਿਜ਼ਾਮ ਕੀਤਾ ਹੋਇਆ, ਤੰਬੂ ਸ਼ੰਬੂ ਤੇ ਕਾਫੀ ਲੰਮਾ ਪ੍ਰੋਸੀਜਰ ਲੱਗ ਰਿਹਾ। ਚਲੋ ਜਾਂਦੇ ਹਾਂ, ਤੁਹਾਨੂੰ ਵੀ ਨਾਲ ਨਾਲ ਸਾਰੀ ਦਿਖਾਵਾਂਗੇ। ਮਾਸ਼ਾਅੱਲਾ ਤੰਬੂ ਕਨਾਤਾ ਹੈ, ਟਰਾਲਾ ਮੈਨੂੰ ਲੱਗਦਾ ਵੀ ਖਾਣੇ ਛਾਣੇ ਵਾਲਾ ਤੇ ਲੱਗਦਾ ਵੀ ਕਾਫੀ ਕੰਮ VIP ਹੋਣ ਵਾਲਾ। ਇੱਥੇ ਜੀ ਪਾਇਨੀਅਰ ਹਾਈਬ੍ਰਿਡ ਬੀਜ ਮਕਈ ਦਾ ਉਹਨਾਂ ਨੇ ਆਪਣੇ ਟ੍ਰਾਇਲ ਲਗਾਏ ਹੋਏ ਨੇ, ਮੁਖਤਲਿਫ ਬੀਜ ਲਗਾ ਕੇ ਜ਼ਿਮੀਦਾਰਾਂ ਵਾਸਤੇ ਉਹ ਫਿਰ ਉਹਨਾਂ ਨੂੰ ਚੈੱਕ ਕਰਾਉਂਦੇ ਨੇ ਕਿ ਸਾਡੇ ਕਿਹੜੇ ਬੀਜ ਨੇ ਕੀ ਐਵਰੇਜ ਦਿੱਤੀ ਔਰ ਕੀ ਹਿਸਾਬ ਕਿਤਾਬ ਹੈ। ਇੱਥੇ ਅਸੀਂ ਵੀ ਆਏ ਹਾਂ ਇਨਵਾਈਟ ਸੀ, ਉਹਨੂੰ ਚੈੱਕ ਕਰਨੇ ਆ, ਨਾਲ ਤੁਹਾਨੂੰ ਵੀ ਚੈੱਕ ਕਰਾਵਾਂਗੇ ਕਿ ਟੌਪ ਦਾ ਕਿਹੜਾ ਬੀਜ ਹੈ ਤੇ ਛੱਲੀ ਦਾ ਸਾਈਜ਼, ਦਾਣਿਆਂ ਦੀ ਲਾਈਨਾਂ ਔਰ ਕਿੰਨੀ ਤਾਦਾਦ ਹੈ। ਨਿਜ਼ਾਮ ਬੜਾ ਜੀ, ਤਕਰੀਬਨ ਸੁਬਾਹ ਦਾ ਹੀ ਟਾਈਮ ਹੈ, 8:30 ਦਾ ਟਾਈਮ ਹੈ ਤੇ ਇੱਥੇ ਜੀ ਇਹ ਵੇਖੋ ਜੀ ਉਹਨਾਂ ਦਾ ਜਿਹੜਾ ਸੇਲ ਆਫੀਸਰ ਹੈ ਉਹ ਬੰਦਿਆਂ ਨੂੰ ਸਮਝਾ ਰਿਹਾ। ਇਹ 4 ਉਹਨਾਂ ਦੇ ਟੌਪ ਕਲਾਸ ਬੀ ਨੇ ਜਿਹੜੇ ਪਿੱਛੇ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ, ਇਹ ਉਹਨਾਂ ਨੇ ਟ੍ਰਾਇਲ ਇੱਥੇ ਲਗਾਇਆ ਹੋਇਆ ਇਹਨਾਂ ਬੀਆਂ ਦਾ। ਅਸੀਂ ਵੀ ਪਹੁੰਚ ਗਏ ਹਾਂ ਬਹਿਣ ਨੂੰ, ਲੇਕਿਨ ਜਗ੍ਹਾ ਨਹੀਂ ਹੈਗੀ, ਫਿਰ ਇਹਨਾਂ ਨੂੰ ਲੈ ਜਾਣਗੇ, ਉਸ ਤੋਂ ਬਾਅਦ ਸਾਡਾ ਗਰੁੱਪ ਜਾਏਗਾ। ਇਹ ਵੇਖੋ ਜੀ ਹੁਣ ਉਹਨਾਂ ਨੇ ਉੱਥੋਂ ਥੋੜ੍ਹੀ ਬਹੁਤੀ ਗੱਲ ਸਮਝਾ ਕੇ ਸਾਨੂੰ ਲੈ ਗਏ ਨੇ ਮਕਈ ਦੇ ਵਿੱਚ ਜਿੱਥੇ ਉਹਨਾਂ ਨੇ ਬੀ ਲਾਏ ਹੋਏ ਨੇ, ਬੀਆਂ ਦੇ ਮੁਤਲਕ ਥੋੜ੍ਹੀ ਥੋੜ੍ਹੀ ਗੱਲ ਸਾਨੂੰ ਦੱਸਣਗੇ। ਅਤੇ ਇਹ ਵੇਖ ਲਓ ਸਾਰੀਆਂ ਛਲੀਆਂ ਉਹਨਾਂ ਨੇ ਨੰਗੀਆਂ ਕਰ ਦਿੱਤੀਆਂ ਨੇ ਤਾਂ ਕਿ ਫਾਰਮਰ ਨੂੰ ਇਹ ਨਾ ਗਿਲਾ ਹੋਵੇ ਕਿ ਸ਼ਾਇਦ ਉਹ ਜਿਹੜੀਆਂ ਨੇ ਉਹਨਾਂ ਨੇ ਵਿੱਚੋਂ ਚੁਗ ਕੇ ਰੱਖੀਆਂ ਨੇ। ਲੇਕਿਨ ਇਹ ਹਰ ਛੱਲੀ ਜਿਹੜੀ ਉਹਦਾ ਸੇਮ ਸਾਈਜ਼ ਅਤੇ ਚੰਗੀ ਲੰਮੀ ਛੱਲੀ ਹੈਗੀ ਹੈ। ਪਹਿਲੇ ਨੰਬਰ 'ਤੇ ਜੀ ਇਹ ਬੀ ਆ ਗਿਆ 20-48 ਸ਼ਾਇਦ, ਉਹਦੇ ਮੁਤਲਕ ਸਾਨੂੰ ਦੱਸਣਗੇ। ਉਹਦੀ ਮੁਖਾਲਫ ਸਿਮਤ 'ਤੇ 14-29, ਇਹ 14-29 ਦੀ ਢੇਰੀ ਹੈ ਜੀ। ਅਤੇ ਦੂਸਰੀ ਸਾਈਡ 'ਤੇ ਜਿਹੜਾ ਉਹ ਹੈਗੀ ਹੈ 20-48 ਦੀ। ਥੋੜ੍ਹੀ ਜਿਹੀ ਗੱਲਬਾਤ ਜਿਹੜੀ ਉਹ ਆਪਾਂ ਸੁਣਾਂਗੇ ਉਹਨਾਂ ਦੀ, ਕੀ ਦੱਸਦੇ ਨੇ ਕੀ ਕਰਦੇ ਨੇ। ਸ਼ੁਕਰੀਆ ਜਨਾਬ, ਤੁਸੀਂ ਤਸ਼ਰੀਫ ਲਿਆਂਦਾ। ਸਾਡਾ ਇਹ ਹੈਗਾ ਮੱਕੀ ਦਾ ਮੇਲਾ, ਇਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ ਜੀ ਕੋਰਨ ਐਕਸਪੋ, ਲੇਕਿਨ ਇਹਨੂੰ ਅਗਰ ਪੰਜਾਬੀ 'ਚ ਕਹੀਏ ਤਾਂ ਮੱਕਈ ਦਾ ਮੇਲਾ, ਠੀਕ ਹੈ ਜੀ। ਅੱਛਾ, ਇਸ ਜਗ੍ਹਾ 'ਤੇ ਅਸੀਂ ਜਿਹੜੀਆਂ ਚੀਜ਼ਾਂ ਨੂੰ ਜ਼ਿਮੀਦਾਰ ਦੋਸਤਾਂ ਨੂੰ ਦੱਸਣਾ ਚਾਹ ਰਹੇ ਹੁੰਦੇ ਹਾਂ, ਸਾਡੇ ਸੇਲ ਦੇ ਨੁਮਾਇੰਦੇ, ਸਾਡੇ ਦੋਸਤ, ਸਾਡੇ ਫੀਲਡ ਦੀ ਟੀਮ ਤੁਹਾਡੇ ਦੋਸਤਾਂ ਨਾਲ ਬਾਜ਼ੂਕਾਤ ਅੱਗੇ ਪਿੱਛੇ ਮਿਲਦੀ ਰਹਿੰਦੀ ਹੈ, ਬਰੋਸ਼ਰ ਤੁਹਾਡੇ ਕੋਲ ਮਿਲਦੇ ਰਹਿੰਦੇ ਆ। ਇਹ ਜੀ ਬੜਾ ਖੂਬਸੂਰਤ ਲੋਗੋ ਉਹਨਾਂ ਨੇ ਬਣਾਇਆ ਹੋਇਆ ਛਲੀਆਂ ਦੇ ਨਾਲ ਹੀ, ਤੁਸੀਂ ਦੇਖ ਸਕਦੇ ਹੋ। ਹੋਰ ਵੀ ਕਾਫੀ ਡਿਜ਼ਾਇਨਿੰਗ ਕੀਤੀ ਹੋਈ ਹੈ ਔਰ ਛਲੀਆਂ ਦੇ ਨਾਲ ਹੀ ਕੀਤੀ ਗਈ ਹੈ।
ਪੂਰੀ ਦਿਖਾਵਾਂਗੇ ਵੀਡੀਓ, ਕਾਫੀ ਲੰਬੀ ਹੋ ਜਾਏਗੀ। ਉਹ ਹੁਣ ਗਰਮੀ ਬਰਦਾਸ਼ਤ ਕਰਨ ਦੀ ਬਿਹਤਰੀਨ ਸਲਾਹੀਅਤ ਹੈ, ਯਾਨੀ ਦਾਣਾ ਮਿਸ ਨਹੀਂ ਕਰੇਗਾ, ਉੱਤੋਂ ਜਿਹੜਾ ਹੈ ਟਿਪ ਨਹੀਂ ਖਾਲੀ ਕਰੇਗਾ। ਨੋਰਮਲੀ ਇੱਦਾਂ ਹੀ ਹੁੰਦਾ ਨਾ, ਗਰਮੀ ਪੈਂਦੀ ਹੈ ਉੱਤੋਂ ਚੈੱਕ ਕਰਨ ਤੋਂ ਬਾਅਦ ਜੀ ਆ ਗਏ ਹਾਂ ਇੱਥੇ। ਇਹ ਵਾਲਾ ਜਿਹੜਾ ਮੌਸਮੀ ਕਾਸ਼ਤ ਦੇ ਮੁਤਲਕ ਦੱਸ ਰਹੇ ਨੇ, ਜਿਹੜੀ ਹੁਣ ਫਸਲ ਮਕਈ ਦੀ ਲੱਗਣੀ ਉਹਨਾਂ ਬੀਜਾਂ ਦੇ ਮੁਤਲਕ ਇਹਦੇ ਨਾਲ ਹੀ ਕੈਂਪ ਜਿਹੜਾ ਪਰਾ ਖਾਣੇ ਵਾਲਾ। ਵੇਖੋ ਕੁਛ ਦੋਸਤ ਖਾਣਾ ਲੈ ਕੇ ਆ ਰਹੇ ਨੇ। ਫਿਰ ਅਸੀਂ ਜਿਹੜਾ ਉੱਥੇ ਵਿਜ਼ਿਟ ਕਰਦੇ ਆਏ ਹਾਂ, ਪਹਿਲਾਂ ਤਾਂ ਓਬਜ਼ਰਵ ਇਹ ਕੀਤਾ ਕਿ ਜਿੱਥੇ ਪੌਦਿਆਂ ਦੀ ਤਾਦਾਦ ਕਮ ਹੈ, ਜ਼ਿਆਦਾ ਫਾਸਲੇ 'ਤੇ ਲੱਗਿਆ, ਉੱਥੇ ਮਾਸ਼ਾਅੱਲਾ ਛੱਲੀ ਲੰਬੀ ਅਤੇ ਮੋਟੀ ਹੈ, ਅਤੇ ਜਿੱਥੇ ਤਾਦਾਦ ਜ਼ਿਆਦਾ ਹੈ ਉੱਥੇ ਛੱਲੀ ਛੋਟੀ ਹੈ। ਬਹੁਤ ਸ਼ੁਕਰੀਆ ਜੀ ਬਾਈ। ਨਾਮ ਕਿਆ ਜੀ ਬਾਈ ਆਪਣਾ? ਬਸ਼ਾਰਤ। ਬਸ਼ਾਰਤ ਬਾਈ, ਅੱਛਾ ਬਸ਼ਾਰਤ ਬਾਈ, ਬਿਲਕੁਲ ਆਪਕੀ ਬੜੀ ਅੱਛੀ ਓਬਜ਼ਰਵੇਸ਼ਨ ਹੈ। ਇਹ ਆ ਗਈ ਜੀ ਅੱਗੇ ਲੰਗਰ ਵਾਲੀ ਜਗ੍ਹਾ, ਇੱਥੋਂ ਮਿਲਣਾ ਲੰਗਰ। ਹੁਣ ਬੈਠੇ ਅਸੀਂ ਵੇਖੀ ਜਾਂਦੇ ਲੰਗਰ ਵਾਲੀ ਸਾਈਡ 'ਤੇ ਕਦੋਂ ਤਕਸੀਮ ਕਰਦੇ ਨੇ, ਅਤੇ ਲਓ ਜੀ ਉਹਨਾਂ ਨੇ ਤਕਸੀਮ ਕਰਨਾ ਤਾਂ ਸ਼ੁਰੂ ਕਰ ਦਿੱਤਾ। ਜਿਹੜੀ ਚੀਜ਼ ਦਾ ਇੰਤਜ਼ਾਰ ਸੀ ਮੈਨੂੰ ਲੱਭ ਗਈ, ਹੁਣ ਇਹਨੂੰ ਖੋਲ੍ਹਨੇ ਜੀ, ਵੇਖਦੇ ਵੀ ਇਹਦੇ ਵਿੱਚ ਹੈ ਕੀ। ਉਹ ਵੀ ਤੁਹਾਨੂੰ ਦਿਖਾ ਰਹੇ ਫਿਲਹਾਲ, ਤਾਂ ਕਛਮਾਵਾਂ ਆ ਰਹੀਆਂ ਨੇ। ਹਾਂ ਉਹ ਜੀ ਭੁੱਖ ਨੇ ਜਿਹੜਾ ਨਾ ਬਸ ਕਰਾ ਦਿੱਤੀ ਹੈ, ਮੈਂ ਕਿਹਾ ਇੱਥੇ ਬਹਿ ਕੇ ਖਾ ਲੈਂਦੇ ਹਾਂ, ਨਾਲ ਨਹਿਰ ਚੱਲ ਰਹੀ, ਬੜਾ ਨਜ਼ਾਰਾ। ਇੱਥੇ ਖੋਲ੍ਹਣੇ ਡੱਬਾ ਨਾਲੇ ਵੇਖਦੇ ਹਾਂ ਵੀ ਕੀ ਨਿਕਲਦਾ ਉਹ ਨਾਲ। ਕਮਾਲ ਹੋ ਗਈ, ਇੱਥੇ ਖੁੱਲੇਗਾ ਨਹਿਰ ਦੀ ਛਾਵੇਂ। ਕਿੱਥੇ ਪਈਏ? ਕਿ ਕਿੱਕਰ ਦੀ ਛਾਵੇਂ, ਇੱਥੇ ਬਹਿ ਜਾ ਬਸ, ਜਗ੍ਹਾ ਠੀਕ ਹੈ, ਇੱਥੇ ਆ ਜਾ। ਮੈਂ ਖੋਲਾਂ, ਖੋਲ ਵੀ ਇਹਦੇ ਕੀ ਸੱਪ ਨਿਕਲਦਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਕਿਆ ਬਾਤ ਹੈ, ਕੋਈ ਆ ਗਿਆ ਜੀ, ਨਾਨ ਆ ਗਿਆ ਦੋ, ਇਹਦੇ 'ਚ ਇੱਥੇ ਪਤਾ ਚੱਲ ਜਾਣਾ। ਇਹਦੇ ਵਿੱਚ ਮੈਨੂੰ ਲੱਗਦਾ ਕਿ ਇਹਦੇ ਵਿੱਚ ਚਾਵਲ ਨੇ, ਚਾਵਲ ਨੇ ਮਿੱਠੇ, ਅਤੇ ਇਹਦੇ ਵਿੱਚ ਮੈਂ ਇਹਦੇ ਵਿੱਚ ਨਮਕੀਨ ਨੇ, ਠੀਕ ਹੈ, ਅਤੇ ਇਹਦੇ ਵਿੱਚ ਚਿਕਨ ਜਾਂ ਬੀਫ, ਇਹਦੇ ਵਿੱਚ ਚਿਕਨ ਹੈ, ਚਿਕਨ ਆ ਗਿਆ ਜੀ। ਔਰ ਇਸਮੇ ਕੀ ਹੈ? ਸਲਾਦ ਰਹਿਤਾ ਨਹੀਂ ਦਿੱਤਾ ਯਾਰ, ਨਾਲ ਇਸਦਾ ਭਰ ਹੈ ਚਮਚ ਹੈ, ਦੋ ਬੋਤਲਾਂ ਨੇ ਪੈਪਸੀ ਅਤੇ ਇੱਕ ਨਾਲ ਵਾਟਰ ਦੀ, ਪਾਣੀ ਦੀ। ਦੋ ਤੋਂ ਤਿੰਨ ਦਾ ਟਾਈਮ ਹੋ ਗਿਆ, ਤੇ ਇਹ ਬਾਜੀਆਂ ਵਾਲੇ ਵੇਖੋ ਕਿਵੇਂ ਭੱਜੇ ਫਿਰਦੇ ਕਾਰ ਆ ਗਿਆ। ਮੈਂ ਕਿਹਾ ਯਾਰ ਸੁਬਾਹ ਉੱਡਦੇ ਤੇ ਵਿਖਾ ਕੇ ਗਿਆ, ਤੇ ਹੁਣ ਦੋਸਤਾਂ ਨੂੰ ਇਹ ਵੀ ਦਿਖਾਈਏ ਨਾ ਵੀ ਕਿਹੜਾ ਕਬੂਤਰ ਹਰਿਆ, ਕਿਹੜਾ ਜਿੱਤਿਆ ਤੇ ਕੀ ਬਣਿਆ। ਇਹ ਬੰਦੇ ਹੁਣ ਵੇਖੋ ਜੀ ਸਾਰੇ ਜੁੜ ਗਏ ਨੇ, ਜਿਹੜਾ ਕਬੂਤਰ ਥੱਲੇ ਆਉਂਦਾ ਉਹਨੂੰ ਥੱਲੂ ਵੱਟੇ ਮਾਰਦੇ ਨੇ, ਤੇ ਪਰਾਤਾਂ ਖੜਕਾਉਂਦੇ ਨੇ ਤੇ ਟੋਲ ਖੜਕਾਉਂਦੇ ਨੇ ਵੀ ਸਾਡਾ ਕਬੂਤਰ ਨਾ ਪਵੇ। ਫਿਲਹਾਲ ਤੇ ਜਿਹੜੇ 10 ਕਬੂਤਰ ਸੀ ਨਾ ਉਹ ਡਿੱਗ ਪਏ ਨੇ, ਬਹਿ ਗਏ ਨੇ, ਤੇ ਇੱਕ ਕਬੂਤਰ ਜਿਹੜਾ ਨਾ ਉਹ ਉੱਤੋਂ ਖੜੀ ਗਿਆ, ਖੜੀਨ ਤੋਂ ਮੁਰਾਦ ਉਹ ਵੀ ਉਹ ਕਿਧਰੇ ਨੱਸ ਗਿਆ। ਹੁਣ ਸਾਰੇ ਬੰਦੇ ਵੇਖਦੇ ਪਏ ਨੇ, ਉਹ ਤਾਂ ਲੱਭਦੇ ਪਏ ਨੇ ਵੀ ਸ਼ਾਇਦ ਆ ਜਾਵੇ ਤੇ ਅਸੀਂ ਜਿੱਤ ਜਾਈਏ। ਅਗਰ ਉਹ ਟਾਈਮ ਉਹਨੂੰ ਘੰਟੇ ਦਾ ਦਿੱਤਾ ਹੋਇਆ ਸੀ, ਘੰਟੇ 'ਚ ਹੁਣ 10 ਕੁ ਮਿੰਟ 15 ਮਿੰਟ ਬਚੇ ਨੇ, ਅਗਰ ਉਹ 10-15 ਮਿੰਟਾਂ 'ਚ ਆ ਜਾਂਦਾ ਤਾਂ ਉਹ ਜਿਹੜਾ ਜਿੱਤਿਆ ਹੋਇਆ ਕਬੂਤਰ ਕਰਾਰ ਦਿੱਤਾ ਜਾਏਗਾ ਕਬੂਤਰੀਏ। ਵਾਂ ਗਰਮੀ ਉੱਤੋਂ ਅਖੀਰ ਦੀ ਮੈਂ ਆਉਣਾ ਇਹਨਾਂ ਬੰਦਿਆਂ ਦਾ ਹੀ ਜੇਰਾ ਜੀ, ਕਬੂਤਰ ਬਾਦਾਂ ਦਾ ਜਿਹੜੇ ਉਹ ਤਾਂ ਵੇਖਦੇ ਨੇ ਤੇ ਸਾਰੀ ਧੁੱਪ 'ਚ ਭੱਜੇ ਫਿਰਦੇ ਨੇ। ਫਿਲਹਾਲ ਤੇ ਕਬੂਤਰ ਕਿਸੇ ਦੀ ਨਹੀਂ ਜਿੱਤ ਹੋਈ, ਅਗਰ ਉਹ ਆਉਂਦੀ ਕਬੂਤਰੀ ਤੇ ਉਹ ਜਿੱਤ ਜਾਏਗੀ, ਵਰਨਾ ਜਿਹੜਾ ਉਸ ਤੋਂ ਪਹਿਲੇ ਲਾਸਟ ਕਬੂਤਰ ਬੈਠਾ ਉਹਨੂੰ ਜਿੱਤਿਆ ਹੋਇਆ ਕਰਾਰ ਦਿੱਤਾ ਜਾਏਗਾ।
ਤੇ ਇਹ ਵੇਖੋ ਜੀ ਬੰਦਿਆਂ ਦੀਆਂ, ਮੈਂ ਤੇ 2 ਮਿੰਟ ਉੱਤਾਂ ਵੇਖਿਆ ਤੇ ਅੱਖਾਂ ਦਰਦ ਹੋਣ ਲੱਗ ਪਈਆਂ, ਲੇਕਿਨ ਇਹ ਬੰਦਿਆਂ ਦੀ ਬੜੀ ਪ੍ਰੈਕਸਿਟ ਹੈ ਇੱਥੇ ਹੁਣ ਵੇਖ ਰਹੇ ਨੇ ਵੀ ਅੱਲਾ ਕਰੇ ਆ ਜਾਵੇ। ਤੇ ਤੁਸੀਂ ਵਲੌਗ ਨੂੰ ਆਪਣੇ ਨੂੰ ਜਿਹੜਾ ਸ਼ੇਅਰ ਕਰ ਦੇਣਾ, ਵੀਡੀਓ ਸਬਸਕ੍ਰਾਈਬ ਜ਼ਰੂਰ, ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਇਨਸ਼ਾਅੱਲਾ ਫਿਰ ਇੱਕ ਅੱਛੀ ਬਿਹਤਰੀਨ ਵੀਡੀਓ ਨਾਲ ਦੋਸਤਾਂ ਦੇ ਨਾਲ ਹਾਜ਼ਰ ਹੋਵਾਂਗੇ। ਉਸ ਟਾਈਮ ਤੱਕ ਆਪਣਾ ਵੀ ਖਿਆਲ ਰੱਖਣਾ ਔਰ ਤੁਹਾਡੇ ਨਾਲ ਇਰਦ ਗਿਰਦ ਰਹਿਣ ਵਾਲਿਆਂ ਦਾ ਵੀ ਖਿਆਲ ਰੱਖਣਾ। ਅੱਲਾ ਹਾਫਿਜ਼।